तरअसल बच्चा जिसने बच्चे नहीं रहा उसकी माँ अति पीएस भी लाइन थे या अति एक ऐसा व्यक्ति है जिन्हें ते दोष लाए रहे ने बलवीर सिंह वो पेंड आया वो कहते साढ़े बच्चे मौत के घाट उतारन वाला बलवीर सिंह है तो वो नाल है वो अपनी माँ जी बच्चे की सकी भी कुछ योगदान है योगदान सेंस बड़ा ये ढुकमा शब्द नहीं है कि यह भी देखे जाए कि माँ भी जी है उसने भी इस बच्चे नू मौत दे घाट उतारिया क्यों उतारिया क्योंकि उस संबंधा तो बच्चा जाणू हो चुका सी सो बच्चा जिहड़ा सीगा उह रोकदा सी अपनी मदर नू कि इह चीज़ां जिहड़ियां मैं वेख नहीं सकदा तो जिस करके माँ इन्हां गल्लां तो मुरकर हो रही है आओ असीं गलबात करदे हां तुसीं दस्सो सच कौन है झूठा कौन है हाँ जी नंबर 1 कॉलर प्लीज नंबर 1 कॉलर लाइन ते हो जी बोलो जी बोलो सर ਫਾਸੀ ਸਾਹਿਬ ਆ ਭੈਣ ਜੀ ਕਹਿ ਰਿਹਾ ਵੀ ਮੇਰੇ ਪਿਓ ਦੀਆਂ ਲੱਤਾਂ ਖਰਾਬ ਸੀ ਜਾਂ ਚੋਰੀ ਭਰਾ ਦੀਆਂ ਕਿੱਡੀਆਂ ਚੋਕ ਜਿਹੜੀ ਖਰਾਬ ਸੀ ਜਿਹੜੇ ਘਰ ਵਿਆਹੀ ਸੀ ਪਹਿਲਾਂ ਉਹ ਨਹੀਂ ਜ਼ਰੂਰੀ ਸਤਨਾਮ ਸਿੰਘ ਦੇ ਕੋਰੋਨਾ ਨਹੀਂ ਜ਼ਰੂਰੀ ਇਹਨਾਂ ਦੇ ਖੁਦ ਆਪਣੇ ਬੇਟੇ ਦੀ ਡੈਥ ਹੋ ਗਈ ਸੀ ਇਹਨਾਂ ਨੂੰ ਖੁਦ ਆਪਣੇ ਕੱਲ੍ਹ ਹੀ ਰਹਿਣਾ ਚਾਹੀਦਾ ਇਹਨਾਂ ਨੂੰ ਪਿੱਕ ਕਿਸ ਤਰ੍ਹਾਂ ਜ਼ਰੂਰੀ ਸੀ ਜਿਹੜੇ ਬੰਦੇ ਨਾਲ ਵਿਆਹੀ ਸੀ ਇਹਨਾਂ ਨੂੰ ਉਹ ਜ਼ਰੂਰੀ ਸੀ ਕਿ ਪਿੱਕ ਜ਼ਰੂਰੀ ਸੀ ਦੂਜੀ ਗੱਲ ਇਹ ਆ ਫਾਸੀ ਸਾਹਿਬ ਜੇ ਮਾਂ ਨੇ ਬਦਖਲ ਕੀਤਾ ਇਸ ਤਰ੍ਹਾਂ ਵਾਸਕ ਤਾਂ ਲੈ ਲਿਆ ਕਿਹੜੀ ਮਾਂ ਵਾਲੀ ਬਦਲ ਕਰਦੀ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਸਤਨਾਮ ਸਿੰਘ ਸਹੀ ਬੰਦੇ ਆ ਜੀ ਖਿੱਚ ਕੇ ਰੱਖੋ ਕੰਮ ਨੂੰ ਚੱਲੀ ਵਕਤ ਤਣਕ ਦੀ 8 ਸਾਲ ਹੋ ਗਏ ਬੱਚੇ ਮਰੇ ਨੂੰ ਮਾਂ ਨੇ ਇੱਕ ਵਾਰ ਨਹੀਂ ਰੋਈ ਵੀ ਮੈਂ ਉਸ ਬੱਚੇ ਨੂੰ ਪਲ ਪਲ ਤੇ ਯਾਦ ਕਰਦੀ ਪਈ ਆ ਸਤਨਾਮ ਸਿੰਘ ਰੋਂਦਾ ਪਿਆ ਵਿਚਾਰਾ ਸਤਨਾਮ ਸਿੰਘ ਸੱਚਾ ਬੰਦਾ ਜੀ ਇਹ ਜਨਾਨੀ ਗਲਤ ਆ ਜੀ ਤੇ ਕਹਿੰਦਾ ਕਿ ਮੇਰੇ ਬੱਚੇ ਦੱਸਿਆ ਕਿ ਮੇਰੀ ਘਰਵਾਲੀ ਜਿਹੜੀ ਆ ਉਸ ਬਲਵੀਰ ਸਿੰਘ ਦੇ ਨਾਲ ਆ ਕੱਪੜੇ ਤੋਂ ਬਗੈਰ ਬੱਚੇ ਦੇਖ ਨਹੀਂ ਸਕੇ ਕਿ ਇਹਨਾਂ ਹਾਲਾਤਾਂ ਵਿੱਚ ਹੀ ਆ ਤਾਂ ਅਸੀਂ ਆਪਣੀ ਮਾਂ ਨੂੰ ਰੋਕਦੇ ਸੀਗੇ ਹੁਣ ਅਸੀਂ ਜਾਣਨਾ ਚਾਹੁੰਦੇ ਕਸੂਰ ਕਿਹਦਾ ਆ ਬਾਸੀ ਸਾਹਿਬ ਬੱਚੇ ਸਿਆਣੇ ਸੀ ਜੀ ਬੱਚੇ ਸਮਝਦਾਰ ਸੀ ਉਹ ਸਾਰੀ ਗੱਲ ਦੱਸੀ ਆ ਗੱਲ ਹੋਵੇ ਤੇ ਗੱਲ ਨਿਕਲਦੀ ਆ ਐਵੇਂ ਗੱਲ ਸੁਣਾ ਕਿ ਨਿਕਲਦੀ ਆ ਬਲਬੀਰ ਸਿੰਘ ਜਾਂ ਹੋਰ ਕਿਸੇ ਦਾ ਕਦੀ ਬੱਚੇ ਨੇ ਨਾਂ ਲਾ ਦਿੱਤਾ ਉਹਦਾ ਖੁਦ ਆਉਣਾ ਜਾਣਾ ਸੀ ਜੀ ਇਹ ਬੰਦਾ ਬਾਹਰ ਹੀ ਤੁਸੀਂ ਜਨਾਨੀ ਗਲਤ ਆ ਜੀ ਅੱਗੇ ਨੰਬਰ 4 ਕਾਲਰ ਪਲੀਜ਼ ਸਤਨਾਮ ਸਿੰਘ ਦਾ ਸਾਥ ਦਿਓ ਸਤਨਾਮ ਸਿੰਘ ਦਾ ਸਾਥ ਦਿਓ ਦੁੱਧ ਪਾਣੀ ਤੇ ਪਾਣੀ ਅਸੀਂ ਸਾਡੇ ਸਰੋਤੇ ਕਰਨਗੇ ਦੱਸੋ ਆਪਣੇ ਵਿਚਾਰ ਅਸੀਂ ਪਬਲਿਕ ਓਪੀਨੀਅਨ ਲੈ ਰਹੇ ਹਾਂ ਨੰਬਰ 3 4 ਕਾਲਰ ਕੀ ਕਹਿਣਾ ਚਾਹੁੰਦੇ ਹੋ ਬੱਚਾ ਸਤਿ ਗੱਲ ਜੀ ਜੀ ਅੰਮ੍ਰਿਤ ਕੀ ਕਹਿਣਾ ਤੁਸੀਂ ਆਪ ਜੀ ਨੇ ਬਾਸੀ ਸਾਹਿਬ ਜੇ ਮਾਂ ਦੀ ਮਮਤਾ ਇੰਨੀ ਚੰਗੀ ਹੁੰਦੀ ਜਿਹੜੇ ਆ ਦੋ ਬੱਚੇ ਬਚੇ ਆ ਤਾਂ ਇਹਦੇ ਮਾਂ ਦੇ ਨਾਲ ਹੀ ਰਹਿੰਦੇ ਜੇ ਮਾਂ ਚੰਗੀ ਹੁੰਦੀ ਇਸ ਟਾਈਮ ਮਾਂ ਦੀ ਸਰਾਸਰ ਗਲਤੀ ਆ ਜੇ ਉਹ ਮਾਂ ਦੀ ਮਮਤਾ ਇੰਨੀ ਚੰਗੀ ਹੁੰਦੀ ਆ ਦੋ ਬੱਚੇ ਕਿਉਂ ਪਿਓ ਨਾਲ ਰਹਿ ਰਹੇ ਨੇ ਜੀ ਪੁੱਛੋ ਮਾਤਾ ਜੀ ਨੂੰ ਮਨਦੀਪ ਟੈਲ ਮੀ ਟਰੂ ਤੁਹਾਡੇ ਬੱਚੇ ਇੱਕ ਤਾਂ ਚਲੇ ਗਏ ਦੂਜੀ ਜ਼ਿੰਦਗੀ ਵਿੱਚੋਂ ਦੂਜੇ ਬੱਚੇ ਜਿਹੜੇ ਨੇ ਤੁਹਾਨੂੰ ਬਿਲਕੁਲ 3 ਬੱਚੇ ਜਨਮ ਦਿੱਤਾ ਤੁਸੀਂ ਮਾਂ ਹੋ ਤੁਹਾਨੂੰ ਬੱਚਿਆਂ ਨਾਲ ਪਿਆਰ ਨਹੀਂ ਹੈ ਸਰ ਮੈਨੂੰ ਪਿਆਰ ਤਾਂ ਹੈਗਾ ਬੱਚਿਆਂ ਨਾਲ ਉੱਥੇ ਰਹਿ ਕੇ ਮੈਂ ਭੁੱਖੀ ਮਰਨਾ ਵਾ ਆਪਣੀ ਲੈਂਗੁਏਜ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਤੁਸੀਂ ਬੱਚਿਆਂ ਦੇ ਤੁਹਾਨੂੰ ਬਿਲਕੁਲ ਬਿਲਕੁਲ ਮੈਨਰਸ ਨਹੀਂ ਗਏ ਤੁਹਾਨੂੰ ਤੁਹਾਨੂੰ ਬੱਚੇ ਜਿਹੜੇ ਆ ਉਹ ਤੁਹਾਨੂੰ ਚਾਹੀਦੇ ਪਹਿਲਾਂ ਜਾਂ ਹੋਰ ਕੁਝ ਚਾਹੀਦਾ ਆ ਤੁਸੀਂ ਬੱਚੇ ਕਹਿੰਦੇ ਮੈਨੂੰ ਬੱਚੇ ਚਾਹੀਦੇ ਮੁੰਡਾ ਮੇਰਾ ਛੋਟਾ ਮੈਨੂੰ ਫੋਨ ਕਰਦਾ ਵਾ ਮੇਰੇ ਨਾਲ ਗੱਲਾਂ ਕਰਦਾ ਵਾ ਛੋਟਾ ਮੁੰਡਾ ਬੱਚਾ ਤੁਹਾਡੇ ਨਾਲ ਬੱਚਾ ਤੁਹਾਡੇ ਤੁਸੀਂ ਬੱਚੇ ਨੂੰ ਕਿਉਂ ਰੱਖਦੇ ਨਾਲ ਆਪਣੇ ਬੱਚਿਆਂ ਨੂੰ ਸਰ ਮੈਂ ਕਹਿੰਦੀ ਆ ਇਹ ਨਹੀਂ ਆਉਣ ਦਿੰਦਾ ਹੈਗਾ ਇਹ ਕਹਿੰਦਾ ਨਹੀਂ ਜਾਣਾ ਇੱਥੇ ਰਵੇ ਜੇ ਇੱਥੇ ਆਉਣਾ ਵੀ ਆ ਪਚੌਂਕੀ ਜੇ ਤੂੰ ਚਾਹੋ ਜੇ ਤੂੰ ਚਾਹੋ ਤਾਂ ਬੱਚਿਆਂ ਨੂੰ ਆਪਣੇ ਨਾਲ ਰੱਖੋ ਤਾਂ ਬੱਚਿਆਂ ਨਾਲ ਪਿਆਰ ਬਿਲਕੁਲ ਨਹੀਂ ਹੈ ਅਗਲੀ ਕਾਲ ਪਲੀਜ਼ ਸਰ ਪਿਆਰ ਮੈਨੂੰ ਮੈਂ ਜਨਮ ਦਿੱਤਾ ਢਿੱਡੋਂ ਮੈਂ ਜਨਮ ਦਿੱਤਾ ਗੂੰਹੋਂ ਚੱਕਿਆ ਵੀ ਪਿਆਰ ਨਹੀਂ ਬੱਚਿਆਂ ਨਾਲ ਮਨਦੀਪ ਜੀ ਸਾਨੂੰ ਦੁੱਖ ਹੈ ਕਿ ਤੁਹਾਡੇ ਬੱਚੇ ਦਾ ਚਲੇ ਜਾਣਾ ਅਸੀਂ ਪਬਲਿਕ ਵੀ ਲੈਣੀ ਚਾਹਾਂਗੇ ਜੋ ਸ਼ੰਕਾ ਦੂਰ ਕਰਨੀ ਚਾਹਾਂਗੇ ਨੰਬਰ 2 ਕਾਲਰ ਪਲੀਜ਼ ਹਾਂਜੀ ਸਤਿ ਸ਼੍ਰੀ ਅਕਾਲ ਵਾਸੀ ਸਾਹਿਬ ਜੇ ਅੱਗ ਬਲਦੀ ਆ ਤਾਂ ਧੂਆਂ ਫੇਈ ਹੁੰਦਾ ਆ ਕੋਈ ਗੱਲਬਾਤ ਹੋਊਗੀ ਤਾਂ ਹੀ ਵਿਚਾਰਾ ਰੌਲਾ ਪਾ ਰਿਹਾ ਇੱਕ ਬਾਹਰ ਰਿਹਾ ਸੀਗਾ ਲੰਮੇ ਟਾਈਮ ਤੋਂ ਸਮਥਿੰਗ ਰੋਂਗ ਤਾਂ ਹੈਗਾ ਜ਼ਰੂਰ ਪਰ ਮਨਦੀਪ ਜਿਹੜੀ ਆ ਆਪਣੀ ਬੱਚਿਆਂ ਨੂੰ ਦੇਖਭਾਲ ਨਹੀਂ ਕਰੀ ਕਹਿੰਦੀ ਮੈਂ ਭੁੱਖੀ ਮਰਨਾ ਇਹਨੂੰ ਬੱਚੇ ਨਹੀਂ ਪਿਆਰੇ ਬੱਚਿਆਂ ਨੂੰ ਇਹਨੂੰ ਪਤਾ ਹੋਣਾ ਚਾਹੀਦਾ ਰੋਟੀ ਕੋ ਖਵਾਉਣਾ ਹੋਵੇਗਾ ਨਕੋਦਰ ਏਰੀਏ ਦੇ ਆ ਵੀਰਪੈਟ ਦੇ ਨਾਲ ਹੀ ਆ ਸਰਪੰਚ ਸਾਹਿਬ ਨੂੰ ਫੋਨ ਕਰੋ ਤੇ ਇਹਨਾਂ ਦੀ ਇਨਕੁਆਇਰੀ ਦੁਬਾਰਾ ਪਾਓ ਦੇਖੀਏ ਇਹ ਸਾਰਾ ਕੁਝ ਡਿਟੇਲ ਮੋਰੇ ਆਉਣੀ ਬਸ ਇਹ ਲਿੱਤਰਾ ਦੇ ਨਾਲ ਦੇ ਆ ਸਾਰਾ ਮਨਦੀਪ ਤੁਹਾਨੂੰ ਇਹ ਸਮਝ ਨਹੀਂ ਕਿ ਤੁਹਾਡੇ ਨਿਆਣੇ ਜਿਹੜੇ ਆ ਰੋਟੀ ਕਿੱਥੋਂ ਪਕਾ ਖਾਂਦੇ ਹੋਣਗੇ ਉਹਨਾਂ ਨੂੰ ਮਾਂ ਹੈ ਨਹੀਂਗੀ ਪੇ ਬਿਮਾਰ ਹੈ ਤੇਰੀ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਨੂੰ ਜਨਮ ਦਿੱਤਾ ਆ ਤੇ ਬੱਚਿਆਂ ਨੂੰ ਲੁਕਅਪ ਨਹੀਂ ਕਰ ਜੀ ਬਣਦੀ ਆ ਮੈਂ ਜਾਨੀ ਇਹ ਕਹਿੰਦਾ ਆਪਦਾ ਖਰਚਾ ਵੱਖਰਾ ਕਰੇ ਮੈਂ ਖਰਚਾ ਕਿੱਥੋਂ ਕਰਨਾ ਉੱਥੇ ਜਾ ਕੇ ਮੇਰੀ ਰੋਟੀ ਲਾਉਣੀ ਲਾਵੇ ਨਹੀਂ ਲਾਉਣੀ ਨਾ ਲਾਵੇ ਨਿਆਣੇ ਦੀ ਰੋਟੀ ਲਾਵੇ ਤੇ ਮੈਂ ਨਿਆਣੇ ਨੂੰ ਰੋਟੀ ਕਿੱਥੋਂ ਲਾ ਕੇ ਦਊਂ ਤੁਸੀਂ ਮੈਨੂੰ ਦੱਸੋ ਬਸ ਇਹ ਕਹਿੰਦਾ ਮੈਂ ਆਪਣਾ ਖਰਚਾ ਵੱਖਰਾ ਕਰੇ ਮੈਂ ਇੱਕ ਕਮਰਾ ਇਹਨੂੰ ਪਾ ਦਊਂਗਾ ਪੇਕੇ ਪਿੰਡ ਇੱਕ ਬ੍ਰਦਰ ਆ ਉਹਨੂੰ ਕਹਿਣ ਦੀ ਮੈਨੂੰ ਰੋਟੀ ਕਮਾ ਕੇ ਦੇਣ ਦਿਆ ਦੇਖੋ ਪਰ ਸੱਚ ਕੀ ਝੂਠ ਕੀ ਸਾਨੂੰ ਲੇਡੀਜ਼ ਕਾਲ ਕਰਨ ਖਾਸ ਕਰਕੇ ਜਿਹੜੇ ਲੇਡੀਜ਼ ਬੈਠੀਆਂ ਨੇ ਉਸ ਕਾਲ ਕਰਨ ਤੁਹਾਡੇ ਮੁਤਾਬਕ ਮਨਦੀਪ ਜੋ ਕਹਿ ਰਹੀ ਹੈ ਮਨਦੀਪ ਕੌਰ
ਇਹਦੀ ਹੈ ਮਮਤਾ ਆਪਣੇ ਬੱਚਿਆਂ ਪ੍ਰਤੀ? ਜਿਹਦੇ ਤਿੰਨ ਬੱਚੇ, ਇੱਕ ਬੱਚੇ ਦੀ ਮੌਤ ਹੋ ਜਾਵੇ, ਦੋ ਬੱਚੇ ਜਿਹੜੇ ਨੇ ਉਹ ਵਿਲਕਦੇ ਹੋਣ, ਬਾਹਰ ਰੁਲਦੇ ਹੋਣ, ਤੇ ਮਾਂ ਸੌਂਦੀ ਕਿੱਦਾਂ ਹੋਵੇਗੀ ਆਪਣੇ ਬੱਚਿਆਂ ਤੋਂ ਬਗੈਰ? ਮੈਂ ਹੈਰਾਨ ਆ, ਲੋਕੀ ਤਾਂ ਵਾਸੀ ਸਾਹਿਬ ਬੱਚਿਆਂ ਨੂੰ ਤਰਸਦੇ ਆ, ਇਹ ਦੇਖੋ ਛੱਡ ਕੇ ਆ ਗਿਆ। ਮੈਂ ਹੈਰਾਨ ਆ ਕਿ ਬੱਚਿਆਂ ਨੂੰ ਬਿਲਕੁਲ ਪਿਆਰ ਹੀ ਨਹੀਂ ਜਿਸ ਮਾਂ ਨੂੰ ਬੱਚਿਆਂ ਨਾਲ। ਨਹੀਂ ਵਾਸੀ ਸਾਹਿਬ, ਜੇ ਪਿਆਰ ਹੁੰਦਾ ਤੇ ਪੇਕਿਆਂ ਵੱਲੋਂ ਵੀ ਬੇਦਖਲੀ ਹੋਣੀ ਸੀਗੀ, ਤੇ ਇਹ ਛੱਡ ਕੇ ਵੀ ਨਹੀਂ ਆਉਂਦੀ, ਚਾਹੇ ਭੁੱਖੀ ਸੌਂਦੀ ਉੱਥੇ, ਰੋਟੀ ਬਣਾ ਮਿਲਦੀ, ਫੇਰ ਵੀ ਬੱਚਿਆਂ ਨੂੰ ਦੁੱਧ ਪਿਲਾਉਂਦੀ ਉੱਥੇ। ਇਹਨਾਂ ਦੀ ਮਾਂ ਦੇ ਵੱਲੋਂ ਇਹਨਾਂ ਦਾ ਬੇਦਖਲ ਕਰਨਾ, ਇਹਨਾਂ ਨੂੰ ਕੋਈ ਰੀਜ਼ਨ ਹੈ? ਇਹ ਹੈਗਾ ਵਾਸੀ ਸਾਹਿਬ, ਤੁਸੀਂ ਪੁਲਿਸ ਇਨਕੁਆਇਰੀ ਪਾਓ ਆਪਣੇ ਏਰੀਆ ਦੇ, ਨਕੋਦਰ ਏਰੀਆ ਦੇ ਆ ਇਹ, ਸਰਪੰਚ ਨੇ ਨੂੰ ਕਹਿ ਕੇ ਤੇ ਕਰਾਓ ਗੱਲਬਾਤ ਨਾਲ ਹੀ ਆ ਇਹ ਇਨਕੁਆਇਰੀ ਕਰਾਓ ਦੁਆਰਾ ਦੀ। ਦੋ ਬੱਚਿਆਂ ਦੀ, ਤਿੰਨ ਬੱਚਿਆਂ ਦੀ ਮਾਂ ਮਨਦੀਪ ਕੌਰ ਸਹੀ ਹੈ, ਔਰ ਇਹ ਬੱਚਿਆਂ ਦੇ ਨਾਲ ਨਹੀਂ ਰਹਿ ਰਹੇ। ਮੈਂ ਹਾਂ ਇਸ ਚੀਜ਼ ਦੀ ਆ ਕਿ ਇਹ ਆਪਣੇ ਹਸਬੈਂਡ ਨੂੰ ਛੱਡਣਾ ਵੱਖਰੀ ਗੱਲ ਹੈ, ਐਟਲੀਸਟ ਬੱਚਿਆਂ ਨੂੰ ਤਾਂ ਨਾਲ ਲੈ ਕੇ ਜਾਵੇ ਜਾਂ ਫਿਰ ਨਾ ਰਹੇ। ਬੱਚਿਆਂ ਨੂੰ ਰੋਟੀ ਜਿਹੜੀ ਮਾਂ ਛੋਟੇ ਮੁੰਡੇ ਨੂੰ ਨਾਲ ਲੈ ਕੇ ਆਈ ਸੀ, ਵੱਡੇ ਮੁੰਡਾ ਜਿਹੜਾ ਗਬਲਾ ਮੁੰਡਾ ਬਾਹਰ ਗਿਆ, ਦਵਾਈ ਗਿਆ, ਉਹਨੂੰ ਮੈਂ ਚੜਾ ਕੇ ਆਈ ਅੰਮ੍ਰਿਤਸਰੋਂ। ਮੈਂ ਮਾਂ ਸੀ ਕਰਕੇ ਉਹਨੂੰ ਉੱਥੋਂ ਚੜਾ ਕੇ ਆਈ ਸੀ ਅੰਮ੍ਰਿਤਸਰੋਂ। ਬੱਚਾ ਤਾਂ ਦਵਾਈ ਗਿਆ ਹੀ ਨਹੀਂ, ਤੇ ਬੱਚਾ ਤਾਂ ਉਹ ਇਸ ਵੇਲੇ ਮੁੰਬਈ ਆ ਕੇ ਆਇਆ ਮੁੰਡਾ, ਦਵਾਈ ਜਾ ਕੇ ਆਇਆ, 1 ਸਾਲ ਲਾ ਕੇ ਆਇਆ ਦਵਾਈ ਦੇ ਵਿੱਚ। ਉਸ ਤੋਂ ਬਾਅਦ ਫਿਰ ਬੱਚਾ ਲਿਆ ਵੀ ਉੱਥੋਂ ਆ ਜਾ, ਪਰ ਉਸ ਤੋਂ ਬਾਅਦ ਫਿਰ ਬੱਚਾ ਤੁਹਾਨੂੰ ਮਿਲਿਆ ਕਿਉਂ ਨਹੀਂਗਾ? ਮਿਲ ਕੇ ਗਿਆ ਮੈਨੂੰ ਇੱਥੇ ਆਣ ਕੇ, ਮੇਰੇ ਕੋਲ ਰਹਿ ਕੇ ਵੀ ਗਿਆ 4 ਦਿਨ, ਜਦੋਂ ਇਹਨੇ ਘਰੋਂ ਕੱਢਤਾ ਸੀ, ਕੋਲੋਂ ਗੋਲੀਆਂ ਵੜ ਹੋ ਗਈਆਂ ਸੀ ਉਹਦੇ ਕੋਲੋਂ। ਇਹ ਕਹਿੰਦਾ ਸੀ ਆਪਦੀ ਮਾਂ ਦੇ ਕੋਲ ਜਾ, ਮੇਰੇ ਕੋਲ ਇੱਥੇ ਆਇਆ ਸੀ, 4 ਦਿਨ ਰਹਿ ਕੇ ਗਿਆ, ਕਹਿੰਦਾ ਮੰਮੀ ਮੈਂ ਕੰਮ ਤੇ ਚੱਲਿਆ ਵਾ ਉੱਥੇ ਜਲੰਧਰ ਗਿੰਦੇ ਦੇ ਕੋਲ। ਤੇ ਬੱਚਿਆਂ ਨੂੰ, ਬੱਚਿਆਂ ਤੁਹਾਡੇ ਨਸ਼ੇ ਤੇ ਲੱਗੇ ਹੋਏ, ਤੁਹਾਨੂੰ ਪਤਾ ਕਿ ਬੱਚਿਆਂ ਨੂੰ ਨਸ਼ੇ ਤੇ ਕਿਵੇਂ ਲਾਇਆ ਫਿਰ? ਸਰ ਪਹਿਲਾਂ ਨਸ਼ੇ ਤੇ ਲੱਗਾ ਸੀ, ਉਦੋਂ ਮੈਂ 5 ਮਹੀਨੇ ਇਹਨੂੰ ਸੈਂਟਰ ਛੱਡਿਆ ਸੀ, 5 ਮਹੀਨੇ ਸੈਂਟਰ ਛੱਡ ਕੇ ਫਿਰ ਮੈਂ ਲੈ ਕੇ ਆਈ ਸੀਗੀ, ਉਦੋਂ ਨਸ਼ਾ ਨਹੀਂ ਸੀ ਖਾਂਦਾ, ਜਦੋਂ ਮੈਂ ਇੱਥੇ ਆ ਗਈ ਉਦੋਂ ਬਾਅਦ ਚ ਫਿਰ ਨਸ਼ਾ ਖਾਣ ਲੱਗ ਪਿਆ। ਅਗਲੀ ਕਾਲ ਪਲੀਜ਼। ਨਹੀਂ ਪਤਾ ਡੈਡੀ ਨੂੰ। ਨੈਕਸਟ ਕਾਲ ਜੀ, ਨੰਬਰ 1 ਕਾਲਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਬਾਚਾ ਵੀ ਇਹਨਾਂ ਨੂੰ ਪੁੱਛੋ ਵੀ ਜਦੋਂ ਇਹਦੀ ਬੱਚੇ ਦੀ ਲਾਸ਼ ਚੱਕ ਕੇ ਲਿਆਂਦੀ ਉਹਦੇ ਸੱਟਾਂ ਕਿੰਨੀਆਂ ਕੁ ਲੱਗੀਆਂ ਹੈ ਜੀ? ਮਨਦੀਪ ਕਾ, ਜਦੋਂ ਤੁਸੀਂ ਬਾਡੀ ਬੱਚੇ ਲੈ ਕੇ ਆਏ, ਤੁਸੀਂ ਖੁਦ ਆਪ ਗਏ ਸੀਗੇ? ਹਾਂਜੀ ਸਰ, ਸੈਲ ਫਿੱਸਿਆ ਹੋਇਆ ਸੀ ਸਾਰਾ। ਸਰ ਸਾਰਾ ਫਿੱਸਿਆ ਹੋਇਆ ਸੀ? ਮੇਰੀ ਮਾਸੀ ਦਾ ਪੋਤਾ ਵੀ ਨਾਲ ਗਿਆ ਸੀਗਾ, ਇਹਨਾਂ ਦੀ ਮਾਸੀ ਸੱਸ ਸੀ ਜਿਹੜੀ, ਉਹਦਾ ਪੋਤਾ ਨਾਲ ਗਿਆ ਸੀ ਰਾਜਪਾਲ। ਨਹੀਂ, ਐਕਸੀਡੈਂਟ ਹੋਇਆ ਕਿੱਦਾਂ ਇਹ? ਸਰ ਮੈਨੂੰ ਇਹਨਾਂ ਨੇ ਇਹ ਦੱਸਿਆ ਵੀ ਸੁੱਤਾ ਮੂਹਰੇ, ਪਤਾ ਨੀ ਨੀਂਦ ਆ ਗਈ ਜਾਂ ਵੀ ਟੈਪ ਟੂਪ ਹੋ ਗਿਆ ਜਾਂ ਨੀਂਦ ਆ ਗਈ, ਵੀ ਮੂਹਰੇ ਡਿੱਗ ਪਿਆ ਉਹ, ਤੇ ਟਰੈਕਟਰ ਦੇ ਥੱਲੇ ਆਣ ਕੇ ਸਿਰ ਫਿਸ ਗਿਆ, ਮੈਨੂੰ ਇਹ ਦੱਸਿਆ ਸੀ ਇਹਨਾਂ ਨੇ। ਮਨਦੀਪ, ਮਾਈਂਡ ਨਹੀਂ ਕਰਨਾ, ਬੱਚੇ ਤੁਸੀਂ ਜਨਮੇ ਪੀੜਾ ਦੇ ਕੇ ਬੱਚਿਆਂ ਨੂੰ, ਜਦੋਂ ਮਾਂ ਜਨਮ ਦਿੰਦੀ ਕਿੰਨੀ ਪੀੜਾ ਲੈਂਦੀ ਹੈ, ਤੁਹਾਡੇ ਅੱਖਾਂ ਵਿੱਚੋਂ ਅਥਰੂ ਕੋਈ ਨਹੀਂ ਮਹਿਸੂਸ ਕਰ ਰਹੇ ਆ ਰਹੇ ਆ, ਜਾਂ ਤੁਹਾਡਾ ਦਿਲ ਜਿਹੜਾ ਆ ਉਹ ਬੱਚਿਆਂ ਨੂੰ ਤਰਸ ਰਿਹਾ ਆ, ਕਿਹੋ ਜਿਹੀ ਮਾਂ ਹੈ ਤੂੰ ਬੱਚਿਆਂ ਦੀ? ਕਮਾਲ ਦੀ ਗੱਲ ਹੈ। ਇਹਦੇ ਵਿੱਚ ਸ਼ੱਕ ਹੈ ਕਿ ਬਲਵੀਰ ਜਿਹੜਾ ਆ ਇਹਦਾ ਬਹੁਤ ਵੱਡਾ ਕਰੂਲ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੀ ਬਰਬਾਦੀ ਕਰਨ ਦੇ ਵਿੱਚ। ਬਲਵੀਰ ਜਿਹੜਾ ਆ ਉਹ ਜਿਹੜਾ ਆ ਉਹ ਕੌਣ ਬੰਦਾ ਆ? ਉਹ ਤੁਹਾਡੇ ਪਿੰਡ ਦਾ ਆ ਜਿਹਨੂੰ ਜ਼ਮੀਨ ਦਿੱਤੀ ਸੀਗੀ? ਸਾਡੇ ਪਿੰਡ ਦਾ ਹੀ ਆ। ਹਾਂ, ਪਰ ਉਹਦਾ ਰੋਲ ਜਿਹੜਾ ਤੁਹਾਡੇ ਘਰ ਦੇ ਵਿੱਚ ਬਰਬਾਦੀ ਦਾ ਰੋਲ ਹੈ, ਤੁਹਾਡੇ ਬੱਚਿਆਂ ਨੇ ਬਰਬਾਦੀ ਦਾ ਕਿਹੜੀ ਗੱਲ ਤੋਂ ਰੋਲ ਆ? ਜੇ ਉਹਨੇ ਮੁੰਡਾ ਮਾਰਿਆ ਹੋਊ ਇਹ ਇਨਕੁਆਇਰੀ ਪਾ ਦੇਵੇ, ਆਪੇ ਪਤਾ ਲੱਗ ਜੂ ਕਿੱਦਾਂ ਮੁੱਕਾ ਕਿੱਦਾਂ ਨਹੀਂ ਮੁੱਕਾ। ਇਨਕੁਆਇਰੀ ਤੁਸੀਂ ਵੀ ਕਰ ਲਓ ਹਨਾ, ਕਿੱਦਾਂ ਮੁੱਕਾ ਕਿੱਦਾਂ ਨਹੀਂ ਮੁੱਕਾ, ਜਿੱਦਾਂ ਮੈਨੂੰ ਦੱਸਿਆ ਮੈਂ ਤਾਂ ਉਦਾਂ ਤੁਹਾਨੂੰ ਦੱਸਦੀ ਹਾਂ। ਮੈਨੂੰ ਇਹਨਾਂ ਨੇ ਫੋਨ ਕੀਤਾ ਸੀ ਵੀ ਮੁੰਡਾ ਜਿਹਦਾ ਟਰੈਕਟਰ ਥੱਲੇ ਆ ਗਿਆ ਸੋਨੂੰ ਦਾ ਸਿਰ ਫਿਸ ਗਿਆ। ਤੁਸੀਂ ਤਿੰਨ ਬੱਚੇ ਤੁਹਾਡੇ, ਇੱਕ ਤਾਂ ਬੱਚਾ ਸਦਾ ਲਈ ਦੂਰ ਹੋ ਗਿਆ, ਦੂਜੇ ਪਾਸੇ ਜ਼ਿੰਦਗੀ ਵਿੱਚ ਹੈਗੇ ਆ, ਤੁਸੀਂ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਤਰਸ ਜਿਹੜੀ ਹੈ ਤੁਹਾਡੀ ਅੱਖਾਂ? ਬੱਚਿਆਂ ਨੂੰ ਫੋਨ ਲਾਉਣੀ ਆ ਮੈਂ, ਗੱਲ ਕਰਦੀ ਹਾਂ, ਛੋਟਾ ਮੁੰਡਾ ਵੀ ਮੇਰੇ ਨਾਲ ਗੱਲ ਕਰਦਾ, ਜਦੋਂ ਫਿਰ ਮੂਹਰੇ ਇਹ ਕਹਿ ਦਿੰਦਾ ਉਹਨੂੰ ਕਹੋ ਇਹ ਚੀਜ਼ ਲੈ ਕੇ ਦਵੀ, ਫਿਰ ਮੈਂ ਕਿੱਥੋਂ ਲੈ ਕੇ ਦਵਾਂ? ਮੇਰੇ ਕੋਲ ਰਿਕਾਰਡ, ਜਿੱਦਾਂ ਮੁੰਡਾ ਫੋਨ ਲਾਉਂਦਾ ਨਿੱਕਾ, ਉਦਾਂ ਉਦਾਂ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਮੁੰਡੇ ਦੀਆਂ। ਮਾਂ ਬੱਚੇ ਦੀ ਹਾਲ ਲੋੜ ਪੂਰਾ ਕਰ ਸਕਦੀ ਹੈ ਬਿਨਾਂ ਕੁਛ ਕੀਤੇ, ਖਰੀਦ ਤੋਂ ਬਗੈਰ ਬੱਚੇ ਨੂੰ ਇਹੋ ਜਿਹਾ ਪਿਆਰ ਦੇ ਸਕਦੀ ਹੈ। ਬੱਚੇ ਚੀਜ਼ਾਂ ਦੇ ਨਾਲ ਨਹੀਂ ਮਤਲਬ ਮੰਨਦੇ, ਬੱਚੇ ਜਿਹੜਾ ਪਿਆਰ ਜਿਹੜਾ ਆ ਮਾਂ ਦਾ ਪਿਆਰ ਚਾਹੀਦਾ ਬੱਚਿਆਂ ਨੂੰ। ਸਰ ਪਿਆਰ ਮੈਂ ਕਰਦੀ ਹਾਂ, ਬੱਚਿਆਂ ਨੂੰ ਪਿਆਰ ਕਿਉਂ ਨੀ ਕਰਦੀ ਹੈਗੀ? ਮੈਂ ਤਾਂ ਮੂੰਹ ਚੋਂ ਕੱਢ ਕੇ ਵੀ ਨਿੱਕੇ ਮੁੰਡੇ ਨੂੰ ਚੀਜ਼ ਦਿੰਦੀ ਰਹੀ। ਓਹੋ, ਤੇਰੇ ਬੱਚੇ ਨੂੰ, ਤੇਰੇ ਬੱਚੇ ਨੂੰ ਰੋਟੀ ਮਿਲ ਰਹੀ ਆ, ਤੇਰੇ ਬੱਚੇ ਭੁੱਖੇ ਮਾਰ ਰਹੇ ਨੇ, ਕਮਾਲ ਦੀ ਗੱਲ ਹੈ ਮਨਦੀਪ। ਅਗਲੀ ਕਾਲ ਪਲੀਜ਼। ਸਰ ਜਦ ਹੁਣ ਇਹ ਕਹਿੰਦਾ ਮੈਂ ਰੋਟੀ ਪਕਾ ਕੇ ਦਿੰਦਾ ਨਿਆਣਿਆਂ ਨੂੰ, ਰੋਟੀ ਉੱਥੇ ਲਵਾਈ ਹੋਈ ਆ ਮੁੰਡਿਆਂ ਦੀ, ਇਹ ਆਪ ਖੁਦ ਪਕਾ ਕੇ ਦਿੰਦਾ ਰੋਟੀ? ਅੱਛਾ, ਤੁਹਾਨੂੰ ਕੋਈ ਫਿਕਰ ਨੀ ਬੱਚਿਆਂ ਦਾ?
ਫਿਕਰ ਹੈਗਾ ਹੀ ਆ ਜਦ ਹੁਣ ਸਰ 10 ਤਰੀਕ ਦਾ ਫੈਸਲਾ ਰੱਖਿਆ ਸੀਗਾ ਹਨਾ 10 ਤਰੀਕ ਨੂੰ ਮੈਂ ਜਾਣਾ ਸੀ ਪਿੰਡ ਇਹਨੇ ਮੁੜ ਕੇ ਕਹਿਤਾ ਵੀ ਕਹਿੰਦਾ ਜਿੱਦਾਂ ਜਿਹੜਾ 5000 ਠੇਕੇ ਦਾ ਲੈ ਕੇ ਗਈ ਉਹ ਵਾਪਸ ਕਰ ਦੇ ਜੇ ਆਉਣਾ ਆ ਇੱਥੇ ਤਾਂ ਆਪਦੀ ਰੋਟੀ ਵੱਖਰੀ ਪਕਾ ਮੇਰੀ ਰੋਟੀ ਪਕਾਉਣੀ ਪਕਾਈ ਨਹੀਂ ਪਕਾਉਣੀ ਨਾ ਪਕਾਈ ਜੇ ਲਿਜਾਣਾ ਚਾਹੁੰਦਾ ਫਿਰ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਹੈ ਲਿਜਾਣ ਦੀ ਬਜਾਏ ਤੁਸੀਂ ਆਪਣੇ ਆਪ ਰਹਿੰਦੇ ਆਪਣੇ ਬੱਚੇ ਨਾਲ ਮੈਂ ਰਹਿੰਦੀ ਸੀਗੀ ਜਦ ਇਹਨੇ ਫਿਰ ਖਰਚਾ ਮੇਰੀ ਰੋਟੀ ਵੱਖਰੀ ਕਰ ਦਿੱਤੀ ਵੀ ਆਪਦੀ ਵੱਖਰੀ ਰੋਟੀ ਲਾ ਮੈਂ ਖਰਚਾ ਨੀ ਦੇਣਾ ਤੈਨੂੰ ਮੈਂ ਖਰਚਾ ਨੀ ਕਰਨਾ ਮੈਂ ਦਾਲ ਸੌਦਾ ਨੀ ਦੇਣਾ ਹੈਗਾ ਨਾ ਮੈਂ ਆਟਾ ਦੇਣਾ ਆਟਾ ਵੀ ਮੈਂ ਮੁੱਲ ਲੈ ਕੇ ਆਉਂਦੀ ਸੀ ਆਪਦਾ ਜਿੰਨੇ ਚੱਕਰ ਮੇਰੇ ਕੋਲ ਦੁੱਧ ਦੇ ਪੈਸੇ ਸੀ ਜਿੰਨੇ ਚੱਕਰ ਮੇਰੇ ਕੋਲ ਥੋੜੇ ਬਹੁਤੇ ਪੈਸੇ ਸੀ ਮੈਂ ਆਟਾ ਵੀ ਲੈ ਕੇ ਆਉਂਦੀ ਸੀ ਦਾਲਾਂ ਵੀ ਲੈ ਕੇ ਆਉਂਦੀ ਸੀ ਇੱਕ ਸੈਕਿੰਡ ਮੰਦੀ ਹੋਲਡ ਆ ਮੰਦੀ ਟਾਈਮ ਆਊਟ ਕੱਟਿਆ ਅਗਲੀ ਕਾਲ ਅਗਲੀ ਓਕੇ ਮੰਦੀ ਹੋਲਡ ਆ ਪਲੀਜ਼ ਹੋਲਡ ਹਾਂਜੀ ਅਗਲੀ ਕਾਲ ਨੈਕਸਟ ਕਾਲ ਪਲੀਜ਼ ਨੰਬਰ 4 ਕਾਲਰ ਲਾਈਨ ਤੇ ਹੋ ਜੀ ਜੀ ਬਾਸੀ ਸਾਹਿਬ ਥੋੜੀ ਜੀ ਗੱਲ ਇਹ ਹੈਗੀ ਵੀ ਦੇਖੋ ਬੱਚੇ ਦਾ ਸਾਰਿਆਂ ਨੂੰ ਦੁੱਖ ਆ ਤੁਹਾਨੂੰ ਵੀ ਦੁੱਖ ਆ ਸਾਨੂੰ ਵੀ ਜਿਹੜਾ ਸੁਣਦੇ ਆ ਬਹੁਤ ਦੁੱਖ ਆ ਜਵਾਨੀ ਵਰਚ ਬੱਚੇ ਨੇ ਚੱਲ ਜਾਣਾ ਮਾਂ ਪਿਓ ਨੂੰ ਬੜਾ ਦੁੱਖ ਆ ਗੱਲ ਇੱਥੇ ਵਗਦੀ ਆ ਵੀ ਕੋਈ ਬੱਚਾ ਆਪਦੀ ਮਾਂ ਨੂੰ ਮਾੜਾ ਨਹੀਂ ਕਹਿੰਦਾ ਜੇ ਕੋਈ ਪੇਟ ਦੇ ਵਿੱਚ ਮਾਂ 'ਚ ਕੋਈ ਮਾੜਾ ਨੁਕਸ ਦਿਸਿਆ ਬੱਚਿਆਂ ਨੇ ਤਾਂ ਜਾ ਕੇ ਗੱਲ ਕੀਤੀ ਉਹ ਮੈਨੂੰ ਤਾਂ ਸ਼ਰਮ ਆਉਂਦੀ ਆ ਗੱਲ ਕਹਿੰਦੇ ਨੂੰ ਵੀ ਠੀਕ ਆ ਕਿ ਨਹੀਂ ਬੁਢੇਪੇ ਬਾਰੇ ਤੁਸੀਂ ਇੱਕ ਦੂਜੇ ਦਾ ਸਹਾਰਾ ਬਣੋ ਘਰ ਵਸਾਓ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਤੁਸੀਂ ਗਾਂਹ 'ਚ ਅੱਗੇ ਕੀ ਕਰੋਗੇ ਠੀਕ ਆ ਨੀ ਬੱਚੇ ਤੁਹਾਡੇ ਆਪਣੇ ਪਰੇ ਕਰਕੇ ਆਪਣੇ ਜੇ ਪਿੱਟੋ ਪੇਟ ਤੋਂ ਜਨਮ ਲਿਆ ਪਰ ਇਸ ਕਰਕੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਵਿਹਾਰ ਨਾ ਕਰੋ ਮੈਂ ਤਾਂ ਇਹ ਕਹਿੰਦਾ ਵੀ ਜੇ ਕੋਈ ਬਾਸੀ ਤੁਹਾਨੂੰ ਸਿਰੇ ਟੈਂਡ ਦੇ ਇਕੱਠੇ ਕਰਦਾ ਨਾ ਵੀਰੇ ਗੱਲਾਂ ਬਣਾ ਕੇ ਮੈਂ ਇੰਨਾ ਹੀ ਗੱਲ ਕਹਿੰਦਾ ਬਹੁਤ ਥੈਂਕ ਯੂ ਮਿਹਰਬਾਨੀ ਜੀ ਕਰਜ਼ਾ ਮਾਫ਼ ਕਰਾਉਣਾ ਚਾਹੁੰਦੇ ਤੇ ਊੜਾ ਐਡਮਿਨਿਸਟ੍ਰੇਸ਼ਨ ਦਾ ਨਿਰਮਲ ਮਾਨ ਜੀ ਕਹਿੰਦੇ ਨੇ ਕਿ ਅਸੀਂ ਕਰਜ਼ਾ ਮਾਫ਼ ਕਰ ਰਹੇ ਹਾਂ ਤੜਾ ਤੜ ਕਰ ਰਹੇ ਹਾਂ ਅਤੇ ਤੁਹਾਡੀ ਕੋਲੋਂ ਫੀਸ ਬਾਅਦ ਚਾਰਜ ਕਰਦੇ ਹਾਂ ਸੋ ਇਸ ਲਈ ਨਿਰਮਲ ਮਾਨ ਜੀ ਦਾ ਹੈੱਡ ਆਫਿਸ ਅਮਰੀਕਾ ਵਿੱਚ ਹੈ ਅਤੇ ਬ੍ਰਾਂਚਾਂ ਕੈਨੇਡਾ ਵਿੱਚ ਨੇ ਸੋ ਕਰਜ਼ਾ ਮਾਫ਼ ਕਰਾਉਣਾ ਚਾਹੇ ਪਰਸਨਲ ਲੋਨ ਹੈ ਚਾਹੇ ਬੈਂਕ ਲੋਨ ਚਾਹੇ ਸੀਬਾ ਲੋਨ ਹੈ ਚਾਹੇ ਫਿਰ ਤੁਸੀਂ ਗਵਰਨਮੈਂਟ ਦਾ ਟੈਕਸ ਦੇਣਾ ਹੈ ਚਾਹੇ ਕ੍ਰੈਡਿਟ ਕਾਰਡ ਭਰੇ ਪਏ ਨੇ ਉਹ ਮਾਫ਼ ਕਰਾਉਣੇ ਕਰਾ ਸਕਦੇ ਹੋ ਮੇਰੇ ਨਿਰਮਲ ਮਾਨ ਜੀ ਤੋਂ ਨਿਰਮਲ ਮਾਨ ਜੀ ਦਾ ਨੰਬਰ ਹੈ 888-888-9914 ਸੋਨੇ ਦੀ ਸ਼ਾਪਿੰਗ ਕਰਨ ਲਈ ਮਹਿੰਦਰਾ ਜੀ ਖਾਣਾ ਕਰਨ ਲਈ ਸਵੀਟ ਮਿਲ ਲਈ ਸੁੱਖਾ ਜੀ ਗਰੋਸਰੀ ਕਰਨ ਲਈ ਏਸ਼ੀਅਨ ਫੂਡ ਦੇ ਵਿੱਚ ਅਸੀਂ ਇੱਕ ਨਾਮ ਦੱਸਦੇ ਹਾਂ ਉਹ ਹੈ ਇੰਡੀਅਨ ਸਬਜ਼ੀ ਬਾਜ਼ਾਰ ਗਰੋਸਰੀ ਸਟੋਰ ਗੋਰਵੇ ਅਤੇ ਕੰਟਰੀ ਸਾਈਡ ਨੁੱਕਰ ਅਤੇ ਇੱਥੇ ਰੈਸਟੋਰੈਂਟ ਜੋ ਕਿ 24 ਘੰਟੇ ਸਤਨ ਰਾਜ ਬੈਂਸੀ ਖੋਲ੍ਹਦੇ ਹਨ ਦੁੱਧ ਦਾਲਾਂ ਮਸਾਲੇ ਸਸਤੇ ਇੰਡੀਅਨ ਸਬਜ਼ੀ ਬਾਜ਼ਾਰ 'ਤੇ ਜਾਓ ਅੱਜ ਸਤਨ 24 ਘੰਟੇ ਗਰੋਸਰੀ ਕਰੋ ਜੀ ਹਾਂ ਅਗਲੀ ਕਾਲ ਪਲੀਜ਼ ਨੈਕਸਟ ਨੰਬਰ 2 ਕਾਲ ਲਾਈਨ 'ਤੇ ਆਪ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਸ ਸਾਹਿਬ ਜੀ ਜੀ ਭੈਣ ਜੀ ਬੜਾ ਕੰਪਲੀਕੇਟਡ ਮੈਟਰ ਹੈ ਇੱਕ ਮਾਂ ਦੀ ਮਮਤਾ ਬੱਚਿਆਂ ਪ੍ਰਤੀ ਮੈਂ ਹਾਂਜੀ ਮੈਂ ਉਹੀ ਲੱਗੀ ਸੀ ਮੈਂ ਕਿਹਾ ਮੇਰੇ ਵਰਗੀ ਤਾਂ ਰੋ ਰੋ ਮਰ ਜਾਵੇ ਹੁਣ ਵੀ ਤੇ ਇਹ ਗੱਲ ਕਰਦੀ ਹੈ ਏਦਾਂ ਜਿੱਦਾਂ ਇਹਨੂੰ ਕੁਛ ਹੋਇਆ ਨੀ ਹੁੰਦਾ ਇਹ ਤਾਂ ਆਦਮੀ ਨੂੰ ਕੋਲ ਵੀ ਬਹਿ ਕੇ ਰੋਵੇ ਵੀ ਉਹਨੂੰ ਕੀ ਹੋ ਗਿਆ ਜੀ ਹੈ ਇਹ ਮੈਨੂੰ ਤੀਵੀਂ ਦਾ ਕਸੂਰ ਲੱਗਦਾ ਮਨਦੀਪ ਕੌਰ ਜੀ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ ਹਾਂਜੀ 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 ਦੇਖੋ ਤੁਸੀਂ ਮੇਰੇ 32 ਵਰਗੇ ਮੈਨੂੰ ਪਤਾ ਨੀ ਕਿੰਨੀ ਉਮਰ ਆ ਮੇਰੀ ਬੇਟੀ 50 ਸਾਲ ਦੀ ਅੱਜ ਵੀ ਸਵੇਰੇ ਉਹ ਕੰਮ ਤੇ ਜਾਂਦੀ ਮੈਂ ਕਿਹਾ ਮੈਂ ਕਰੇਲੇ ਬਣਾਏ ਆ ਜਾ ਮੈਂ ਤੂੰ ਬਹਿ ਜਾ ਨਾਲੇ ਤੇ ਨਾਲੇ ਮੈਂ 2 ਫੁਲਕੇ ਗਰਮ ਗਰਮ ਲਾ ਦਿੰਦੀ ਹਾਂ ਤੈਨੂੰ ਉਹ ਖਾਂਦੀ ਨੀ ਬਾਜਰੇ ਮੇਰਾ ਬੇਸਣ ਦੀ ਖਾਂਦੀ ਉਹ ਮੈਂ ਬਣਾ ਕੇ ਉਹਦੇ ਆਉਂਦੀ ਨੂੰ ਖੜੀ ਹੋ ਗਈ ਮੈਂ ਫੜਾ ਕੇ ਆਈ ਬਾਹਰ ਜਾ ਕੇ ਏਦਾਂ ਮਨ ਬੱਚੇ ਲਈ ਹੁੰਦਾ ਆ 50 ਸਾਲ ਦੀ ਉਹਦਾ ਬੱਚੇ 22 ਸਾਲ ਦਾ ਹੋ ਗਿਆ ਮੁੰਡਾ ਬੜਾ ਤੇ ਮਾਵਾਂ ਦਾ ਅੰਦਰ ਜਿਹੜਾ ਨਾ ਉਹ ਏਦਾਂ ਦਾ ਹੁੰਦਾ ਤੁਹਾਨੂੰ ਤਾਂ ਮੈਂ ਕੋਈ ਗੱਲ ਇੰਨੀਆਂ ਸੁਣੀਆਂ ਮੈਂ ਤੁਹਾਡੀ ਤੁਸੀਂ ਤਾਂ ਏਦਾਂ ਕਰਦੇ ਜਿੱਦਾਂ ਉਹਨੂੰ ਕੁਛ ਹੋਇਆ ਨੀ ਹੁੰਦਾ ਬੱਚੇ ਨੂੰ ਕੋਈ ਮੈਡਮ ਮੈਂ ਤਾਂ ਤੁਹਾਨੂੰ ਪਤਾ ਹੈ ਨਾ ਮੁੰਡਾ ਮੁੱਕਾ ਸੀ ਤਾਂ ਹੁਣ ਵੀ ਹੋਊਗਾ ਮੈਂ ਨਹੀਂ ਕਹਿੰਦੀ ਬਦਾ ਤੁਹਾਡੀ ਗੱਲਾਂ ਤੋਂ ਪਤਾ ਲੱਗਦਾ ਜਦੋਂ ਦੀ ਹੈਗਾ ਮੈਡਮ ਤੁਹਾਡੇ ਦੀ ਜਨਮ ਦਿਨ ਆਉਂਦਾ ਮੈਂ ਦਿਨ ਰਾਤ ਬੇਟੀ ਆ ਮੈਂ ਭੈਣ ਜੀ ਕਹਿੰਦੀ ਬੇਟੀ ਆ ਤੁਸੀਂ ਮੈਂ 75 ਈਅਰ ਹਾਂ ਮੈਂ ਗੱਲ ਕਰਦੀ ਹੁੰਦੀ ਸੁਣਦੀ ਰੋਜ਼ ਮੈਂ ਬਾਕੀ ਕਹਾਂ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਵਿੱਚ ਕਰਨ ਵਾਲੀ ਹੋਵੇ ਮੈਂ ਕਰਦੀ ਹੁੰਦੀ ਹਾਂ ਬਟ ਤੁਹਾਡਾ ਕਸੂਰ ਆ ਉਹ ਮਸਲਾ ਇੰਡੀਆ ਦੇ ਕਿਸੇ ਯੂਟਿਊਬ ਚੈਨਲ ਤੇ ਸੀ ਪੱਤਰਕਾਰ ਆ ਕੇ ਗਿਆ ਇਹ ਬੰਦੇ ਦੀ ਮੈਨੂੰ ਸ਼ਕਲ ਵੀ ਯਾਦ ਹੈ ਜਿਹੜਾ ਮੁੰਡੇ ਦਾ ਬਾਪ ਆ ਉਹਦੇ ਵਿੱਚ ਤੁਸੀਂ ਕੀ ਨੋਟਿਸ ਕੀਤਾ ਇਹਦੇ ਵਿੱਚ ਸਤਨਾਮ ਸਿੰਘ ਤੁਹਾਨੂੰ ਲੱਗਦਾ ਕਿ
ਸਤਨਾਮ ਸਿੰਘ ਜੀ ਬਹੁਤ ਮਿਹਨਤੀ ਬੰਦਾ ਆ, ਮੈਂ 2 ਸਾਲ ਪੁਰਾਣੀ ਮੇਰੇ ਮੂਹਰੇ ਤਸਵੀਰ ਆ ਗਈ ਆ ਇਹ ਲੇਡੀਜ਼ ਦੇ ਵਿੱਚ ਹੈਗਾ ਕੋਈ ਆਪ ਗਾਉਣੇ ਹੁਣ ਮੰਨੇ ਨਾ ਮੰਨੇ ਜਨਾਨੀ ਖੁਦ 14 ਲੱਖ ਦੀ ਐਫ ਡੀ ਇਹਨੂੰ ਫੜਾ ਕੇ ਆਈ ਸੀ, ਕਹਿੰਦੀ ਸੀ ਮੈਂ ਇਹਨੂੰ ਇਹ ਗਿਆ ਸੀ, ਮੈਂ ਕਿਹਾ ਤੇਰੇ ਐਫ ਡੀ ਜੋੜੇ ਹੋਏ ਪੈਸੇ ਆ ਤੇਰੀ ਐਫ ਡੀ 14 ਲੱਖ ਦੀ ਆ ਤੂੰ ਲੈ ਲਾ। ਤੁਹਾਡਾ ਪੁਰਾਣੇ ਮੀਡੀਆ ਦੇ ਵਿੱਚ ਵੀ ਤੁਹਾਡੇ ਐਲਾਨ ਤਾਂ ਪਾ ਕੇ ਗਿਆ ਸੀ ਯੂਟਿਊਬ ਤੇ, ਤੁਹਾਡੀ ਸਟੋਰੀ ਮੈਂ ਸੁਣੀ ਆ। ਮੇਰੇ ਐਲਾਨ ਤਾਂ ਪਾਉਣੀਆਂ ਸੀ ਜਦ ਇਹਨੇ ਜਿੱਦਾਂ ਕਹਿਣਾ ਸੀ ਮੀਡੀਆ ਵਾਲਿਆਂ ਨੇ ਉਦਾਂ ਹੀ ਕਹਿਣਾ ਸੀਗਾ। ਜੇ ਮੀਡੀਆ ਵਾਲੇ ਮੇਰੀ ਸੱਚਾਈ ਸੁਣਨ, ਫਿਰ ਮੀਡੀਆ ਵਾਲੇ ਮੇਰੀ ਤਾਂ ਨੀ ਸੱਚਾਈ ਸੁਣਦੇ। ਸਸਕਾਰ ਕਰ ਦੋ, ਮੇਰੀਆਂ ਨਣਾਨਾਂ ਨੇ ਵੀ ਗੱਲ ਕੀਤੀ ਸੀਗੀ, ਮੇਰੇ ਨਣਦੋਈਆਂ ਨੇ ਵੀ ਗੱਲ ਕੀਤੀ ਸੀ, ਉਹਨਾਂ ਨੂੰ ਵੀ ਇਹਨੇ ਇਹੀ ਕਿਹਾ ਸਸਕਾਰ ਕਰ ਦੋ। ਸਾਰਿਆਂ ਦੀ ਸਹਿਮਤੀ ਦੇ ਨਾਲ ਮੈਂ ਸਸਕਾਰ ਕੀਤਾ। ਇਹ 3 ਦਿਨ ਆ ਗਿਆ ਜਿੱਦਣ ਫੁੱਲ ਚੁ ਗਿਆ, ਫਿਰ ਇਹਨੇ ਭੋਗ ਪਵਾਇਆ ਮੁੰਡੇ ਦਾ। ਇਹਨੇ ਗ੍ਰੰਥ ਤੇ ਹੱਥ ਆਪ ਵੀ ਰੱਖ ਕੇ ਸਹੁੰ ਖਾਧੀ ਸੀ, ਜਿਹੜੇ ਬੰਦੇ ਦੇ ਟਰੈਕਟਰ ਤੋਂ ਮੁੱਕਾ ਸੀ ਉਹਦੀ ਵੀ ਸਹੁੰ ਖਲਾਈ ਸੀ, ਉਹ ਤੋਂ ਵੀ ਹੱਥ ਰਖਾਇਆ ਸੀ ਇਹਨੇ। ਅਸੀਂ 4 ਜਾਣੇ ਸੀ ਉਦੋਂ ਜਦੋਂ ਇਹਨੇ ਸਹੁੰ ਖਲਾਈ ਸੀ ਉਹਨੂੰ ਵੀ, ਤੇ ਮਹਾਰਾਜ ਤੇ ਹੱਥ ਰੱਖ ਕੇ ਸਹੁੰ ਖਾ ਕੇ ਦੱਸ ਮੁੰਡਾ ਕਿੱਦਾਂ ਮੁੱਕਾ। ਉਹਨੇ ਵੀ ਸਹੁੰ ਖਾ ਕੇ ਦੱਸਿਆ ਸੀ ਵੀ ਭਾਜੀ ਮੈਨੂੰ ਨੀ ਪਤਾ ਕਿੱਦਾਂ ਮੁੱਕਾ, ਮੈਂ ਜਾਣਦੇ ਹੋਏ ਨੇ ਜਦੋਂ ਗਿਆ ਮੈਂ ਮੁੱਕਾ ਹੋਇਆ ਹੀ ਦੇਖਿਆ। ਉਹ 2 ਪਿੰਡ ਅੱਗੇ ਸੀ, ਕਹਿੰਦਾ ਮੈਂ ਮੋਟਰਸਾਈਕਲ ਤੇ ਨਾਲ ਸਾਡੀ ਮਾਸੀ ਸੱਸ ਦਾ ਪੋਤਾ ਸੀਗਾ ਮੇਰੀ ਦਾ। ਮੈਂ ਹੈਰਾਨ ਆ ਤੁਸੀਂ ਕਿਹੋ ਜਿਹੀ ਆਪਣੇ ਦਿਲ ਤੇ ਪੱਥਰ ਰੱਖਿਆ ਹੋਇਆ, ਤੁਸੀਂ ਕਿਹੋ ਜਿਹੀ ਮਾਂ ਬੱਚਿਆਂ ਦੀ ਹੋ। ਤੁਹਾਡੇ ਤੇ ਮਨ ਭਾਵਕ ਹੋਏ ਤੁਸੀਂ? ਤੁਸੀਂ ਮੈਂ ਹੈਰਾਨ ਹੈ ਕਾਹਦੇ ਬਣੇ ਹੋਏ ਹੋ ਸਰ? ਮੇਰਾ ਦਿਲ ਪੱਥਰ ਬਣਿਆ ਹੋਇਆ ਹੁਣ ਰੋ ਰੋ ਕੇ। ਜਦ ਇਹਨੇ ਮੇਰੇ ਤੇ ਇਲਜ਼ਾਮ ਲਾਤਾ ਵੀ ਇਹਨੇ ਮੁੰਡਿਆਂ ਨੂੰ ਨਸ਼ੇ ਤੇ ਲਾਇਆ, ਮੈਂ ਮੁੰਡਿਆਂ ਨੂੰ ਨਸ਼ੇ ਤੇ ਕਿੱਦਾਂ ਲਾ ਦਿੰਦੀ? ਇਹਨੇ ਤਾਂ ਮੈਨੂੰ ਖੁਦ ਇਹ ਵੀ ਕਹਿਤਾ ਮੀਡੀਆ ਦੇ ਵਿੱਚ, ਇਹ ਆਪ ਚਿੱਟਾ ਪੀਂਦੀ ਆ, ਡੋਡੇ ਖਾਂਦੀ, ਗੋਲੀਆਂ ਖਾਂਦੀ, ਸ਼ਰਾਬ ਪੀਂਦੀ, ਫੀਮ ਖਾਂਦੀ ਆ। ਜੇ ਮੈਂ ਇੰਨਾ ਕੁਛ ਖਾਂਦੀ ਹੁੰਦੀ ਸਰ, ਮੈਂ ਇਹਦੇ ਪੈਸੇ ਕਿੱਦਾਂ ਜੋੜ ਜਾਂਦੀ? ਤੁਸੀਂ ਦੱਸੋ। ਅਗਲੀ ਕਾਲ ਪਲੀਜ਼, ਨੰਬਰ 2 ਕਾਲਰ, ਨੰਬਰ 4 ਕਾਲਰ। ਇਹਦਾ ਘਰ ਨਾ ਵੇਖ ਜਾਂਦਾ ਜੇ ਮੈਂ ਚਿੱਟਾ ਪੀਂਦੀ ਹੁੰਦੀ। ਠੀਕ ਹੈ ਮਨਦੀਪ ਜੀ, ਹੋਲਡ ਕਰੋ ਆਪ ਜੀ। ਨੰਬਰ 4 ਕਾਲਰ ਪਲੀਜ਼। ਮਨਦੀਪ ਜੀ, ਚਲਾਉਂਦਾ ਕੌਣ ਸੀ ਟਰੈਕਟਰ ਨੂੰ? ਇਹ ਮੁੰਡਾ ਮੇਰੇ ਚਲਾਉਂਦਾ ਸੀਗਾ, ਕੱਲਾ ਹੀ ਸੀ ਟਰੈਕਟਰ ਤੇ, ਇੱਕ ਪਿੱਛੇ ਟਰੈਕਟਰ ਹੋਰ ਸੀਗਾ ਜਿੱਦਾਂ ਉਹ ਵੀ ਰੇਤਾ ਲੈ ਕੇ ਆਉਂਦਾ ਹੁੰਦਾ ਸੀ। ਉਹ ਮੁੰਡਾ ਇਸ ਟਾਈਮ ਅਮਰੀਕਾ 'ਚ ਬੈਠਾ ਆ, ਉਹਦਾ ਟਰੈਕਟਰ ਮੋਹਰੇ ਸੀ, ਮੇਰੇ ਮੁੰਡੇ ਦਾ ਪਿੱਛੇ ਸੀ, 2 ਮੁੰਡੇ ਪਿੱਛੇ ਸੀ ਮੋਟਰਸਾਈਕਲ ਤੇ, ਬਲਵੀਰ ਤੇ ਰਾਜਪਾਲ ਉਹ ਮੋਹਰੇ ਸੀ, ਇਹ 6 ਜਾਣੇ ਰੇਤਾ ਲੈਣ ਗਏ ਸੀ। ਸਰ ਹੁਣ ਇਹਦੇ ਵਿੱਚ ਮੈਨੂੰ ਕੀ ਪਤਾ, ਜਿੱਦਾਂ ਮੈਨੂੰ ਉਹਨਾਂ ਨੇ ਦੱਸਿਆ, ਮੈਂ ਤਾਂ ਉੱਦਾਂ ਇਹਨੂੰ ਵੀ ਦੱਸ ਦਿੱਤਾ, ਆਪਣੇ ਹਸਬੈਂਡ ਨੂੰ ਵੀ, ਆਪਣੀਆਂ ਨਣਾਨਾਂ ਨੂੰ ਵੀ। ਮੈਂ ਤਾਂ ਉੱਗੀ ਚੌਂਕੀ ਦੇ ਵਿੱਚ ਵੀ ਇੱਦਾਂ ਬਿਆਨ ਲਿਖਾਏ ਆ ਜਿੱਦਾਂ ਮੈਨੂੰ ਪਤਾ ਵਾ। ਮੈਂ ਡੀਵੀਓ ਦੇ ਡੀਐਸਪੀ ਦੇ ਵੀ, ਡੈਪਟੀ ਦੇ ਵੀ ਇੱਦਾਂ ਬਿਆਨ ਲਿਖਾ ਕੇ ਆਈ ਹਾਂ, ਜਿੰਨੀ ਗੱਲ ਦਾ ਮੈਨੂੰ ਪਤਾ ਵਾ। ਸਰ ਹੁਣ ਇਹਦੇ ਵਿੱਚ ਮੈਨੂੰ ਕੀ ਪਤਾ, ਦੱਸੋ ਤੁਸੀਂ ਵੀ ਵਾਰ ਵਾਰ ਜਿਦਿਆ ਕਰੀ ਜਾਂਦੇ ਆ। ਮੈਨੂੰ ਇਹਨਾਂ ਨੇ ਇਹੀ ਦੱਸਿਆ ਸੀਗਾ ਵੀ ਮੁੰਡਾ ਮੁੱਕ ਗਿਆ ਵਾ, ਹਨਾ, ਵੀ ਟਾਇਰ ਥੱਲੇ ਜਿੱਦਾਂ ਉਹਦਾ ਸੈਰ ਆ ਗਿਆ। ਮੈਂ ਜਾ ਕੇ ਜਦੋਂ ਦੇਖਿਆ ਵਾ ਸੈਰ ਉਹਦਾ ਕਿੱਥੇ ਹੋਇਆ ਸੀ, ਲਾਸ਼ ਉਹਦੀ ਘਰੇ ਲੈ ਆਉਂਦੀ ਆ। ਲਾਸ਼ ਲਿਆਣ ਕੇ ਵੀ ਘਰ ਵਾਲੇ ਨੇ ਮੈਂ ਫੋਨ ਲਾਇਆ ਸੀ, ਮੈਂ ਤਾਂ ਖੁਦ ਕਿਹਾ ਸੀ ਵੀ 1,00,000 ਰੱਖ ਲੈਂਦੇ ਲਾਸ਼ ਇਹਦੀ ਮੁੰਡੇ ਦੀ, ਇਹਨੇ ਖੁਦ ਕਿਹਾ ਸੀ ਤੁਸੀਂ ਸੰਸਕਾਰ ਕਰ ਦੋ।
ਇਹਨੂੰ ਤਾਂ ਕਿਹਾ ਤੁਸੀਂ ਰੱਖਣੀ ਆ, ਇਹਨਾਂ ਨੇ ਕਿਹਾ ਤੁਸੀਂ ਮਤਲਬ ਸਤਨਾਮ ਸਿੰਘ ਤੁਸੀਂ ਸਤਨਾਮ ਸਿੰਘ ਤੁਸੀਂ ਬੋਲਦੇ ਨੀ ਗੇ, ਸਤਨਾਮ ਸਿੰਘ ਤੁਸੀਂ ਬੋਲੋ ਕਿ ਤੁਸੀਂ ਕਿਹਾ ਸੀਗਾ ਬੋਡੀ ਨੂੰ ਰੱਖਿਓ ਮੇਰੇ ਆਉਣ ਤੋਂ ਪਹਿਲਾਂ। ਸਤਨਾਮ ਸਿੰਘ ਤੁਸੀਂ ਘੂ ਆਪਣੇ ਬੈਠੇ ਬੋਲਦੇ ਕਿਉਂ ਨਹੀਂ ਹੋ? ਸਰ ਜੀ ਜੇ ਜਿਹਨੇ ਸਾਨੂੰ ਕੋਈ ਸਬੂਤ ਦਿੱਤਾ ਹੁੰਦਾ ਕਿ ਵੀ ਮੁੰਡੇ ਦੀ ਫੋਟੋ ਏਦਾਂ ਏਦਾਂ ਮੁੰਡੇ ਦੀ ਮੌਤ ਹੋਈ ਹੈ, ਇਹਨੇ ਸਾਨੂੰ ਕੋਈ ਸਬੂਤ ਨਹੀਂ ਦਿੱਤਾ। ਸਬੂਤ ਦੀ ਗੱਲ ਨਹੀਂ ਹੈ, ਗੱਲ ਇਹ ਆ ਕਿ ਤੁਸੀਂ ਇਹਨਾਂ ਨੂੰ ਫੋਨ ਤੇ ਕਿਹਾ ਨਹੀਂ ਗਿਆ ਕਿ ਬੋਡੀ ਰੱਖੋ ਮੈਂ ਆਉਣਾ ਆ, ਸਵਾਲ ਇਹ ਹੈ ਪੁੱਛ ਰਹੇ ਅਸੀਂ ਇਸ ਗੱਲ ਤੋਂ। ਹਾਂਜੀ ਮੇਰੇ ਤਾਂ ਪਿੰਡ ਦੇ ਪੰਚ ਦੀ ਰਿਕਾਰਡਿੰਗ ਵੀ ਹੈਗੀ ਆ ਜਿਹੜੀ ਕਹਿੰਦੀ ਆ ਕਿ ਵੀ ਦੋ ਦਿਨ ਬਾਅਦ ਦੇ ਵਿੱਚ ਮੇਰੇ ਘਰ ਵਾਲੇ ਨੇ ਆ ਜਾਣਾ, ਖੋਜੀ ਰਿਕਾਰਡਿੰਗ ਦੇ ਵਿੱਚ ਉਹਨੂੰ ਕਹਿ ਰਹੀ ਆ ਕਿ ਦੋ ਦਿਨ ਦੇ ਵਿੱਚ ਮੇਰੇ ਘਰ ਵਾਲੇ ਨੇ ਆ ਜਾਣਾ ਵਾ, ਤੇ ਫਿਰ ਇਹਨੇ ਸੰਸਕਾਰ ਕੀ ਕਰਨ ਨੂੰ ਕੀਤਾ। ਤੁਸੀਂ ਕਿਹਾ ਸੀ ਇਹਨੂੰ ਕਿ ਸੰਸਕਾਰ ਨਾ ਕਰਿਓ? ਅਸੀਂ ਸੰਸਕਾਰ ਰਹਿੰਦੇ ਨਹੀਂ, ਕੱਲ ਨੂੰ ਪੰਜਾਂ ਦਿਨਾਂ ਬਾਅਦ ਕਰ ਦਾਂਗੇ, ਡੈਡ ਬੋਡੀ ਰੱਖ ਲਈਏ ਜਦੋਂ ਤੇਰੀ ਛੁੱਟੀ ਮਿਲੂਗੀ, ਪੰਜਾਂ ਦਿਨਾਂ ਬਾਅਦ ਸੱਤ ਦਿਨਾਂ ਬਾਅਦ ਮਾਰੀ ਜਾਂਦੀ ਹੈ। ਭਾਪੇ ਨੇ ਪੰਜ ਦਿਨਾਂ ਬਾਅਦ ਕੀਤਾ ਸੀ, ਪਹਿਲੀ ਗੱਲ ਦਾ ਮੁੰਡਾ ਗੁਜ਼ਰ ਗਿਆ, ਇਹਨੂੰ ਫੋਟੋ ਖਿੱਚਣੀ ਚਾਹੀਦੀ, ਮੇਰਾ ਮੁੰਡਾ ਮਰਿਆ ਸੀਗਾ। ਅਗਲੀ ਕਾਪੀ ਅਗਲੀ ਕਾਪੀ ਓਕੇ। ਸਤਨਾਮ ਸਿੰਘ ਹੋਲਡ ਕਰੋ, ਹੋਲਡ ਰੱਖੋ ਸਤਨਾਮ ਜੀ, ਹੋਲਡ ਰੱਖੋ। ਅਗਲੀ ਕਾਪੀ ਨੰਬਰ ਟੂ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਸ ਸਾਹਿਬ ਦੇਖੋ, ਪਹਿਲੀ ਤਾਂ ਗੱਲ ਆ ਵੀ ਜੇ ਬੱਚਾ ਵਾਕਈ ਉਹਦੀ ਉਹਦਾ ਮਰਡਰ ਹੋਇਆ ਜਾਂ ਜਿਵੇਂ ਵੀ ਡੈਥ ਹੋਈ ਆ, ਉਹਦੀ ਤਾਂ ਇਨਕੁਆਇਰੀ ਹੋਣੀ ਬਣਦੀ ਆ, ਜਿਹੜੀ ਜੈਨੂਇਨ ਇਨਕੁਆਇਰੀ ਆ ਉਹ ਹੋਣੀ ਬਣਦੀ ਆ। ਪਰ ਹੁਣ ਗੱਲ ਇਹ ਆ ਵੀ ਜਿਹੜੇ ਅਗਲੇ ਦੋ ਬੱਚੇ ਹੈਗੇ ਨੇ ਉਹਨਾਂ ਦਾ ਕੀ ਕਸੂਰ ਆ? ਇਹ ਘੱਟੋ ਘੱਟ ਆਪਣਾ ਆਪਸੀ ਸਮਝੌਤਾ ਕਰਨ ਕਰਕੇ ਉਹ ਦੋਹਾਂ ਬੱਚਿਆਂ ਦੀ ਵਧੀਆ ਪਰਵਰਿਸ਼ ਕਰਨ। ਜਿਹੜਾ ਹੁਣ ਹੋ ਗਿਆ ਉਹ ਤਾਂ ਨੀ ਉਹ ਰੋਕ ਸਕਦੇ। ਨਹੀਂ ਗੱਲ ਤਾਂ ਇਹ ਕਿ ਜਿਹੜੀ ਮਾਂ ਹੈ ਨਾ ਉਹ ਬੱਚਿਆਂ ਦੀ ਕੇਅਰ ਨੀ ਕਰਦੀ। ਜਿਵੇਂ ਇਹ 22 ਸਾਲਾਂ ਦੇ ਹੁੰਦੇ ਨੇ, ਜਿਵੇਂ ਇੱਕ ਦੀ ਉਮਰ 21 ਸਾਲ ਹੁੰਦੀ, ਕਦੋਂ ਫਿਰ 22 ਸਾਲ ਹੁੰਦੀ ਆ? ਇਹਦੀ ਮਦਰ ਨੇ ਇਹਨਾਂ ਨੂੰ ਬਦਖਲ ਕਰ ਦਿੱਤਾ। ਮੈਂ ਤਾਂ ਖੁਦ ਕਹਿੰਦੀ ਆ ਮੈਂ ਆਉਣੀ ਆ ਨਾ, ਖਰਚਾ ਕਰੇ ਇਹ ਕਿਲੋ ਕਿਲੋ ਤਾਂ ਖੰਡ ਵੀ ਲਿਆਣ ਕੇ ਜਿੰਦੇ ਦੇ ਵਿੱਚ ਅੰਦਰ ਰੱਖਦਾ ਵਾ, ਜੇ ਇਕੱਠਾ ਸੌਦਾ ਲੈਣ ਦਾ ਲੋਕਾਂ ਨੂੰ। ਮਨਦੀਪ ਇੱਕ ਮਿੰਟ ਲਿਸਨ ਟੂ ਮੀ, ਮਨਦੀਪ ਹੋਲਡ ਆਨ, ਮਨਦੀਪ ਜੀ ਸੁਣੋ ਗੱਲ ਹੈ, ਤੁਸੀਂ ਆਪਣੇ ਬੱਚਿਆਂ ਦੀ ਖਾਤਰ ਤੁਹਾਨੂੰ ਭੁੱਖਾ ਮਰਨਾ ਪੈ ਜੇ ਤੁਸੀਂ ਮਰੋ, ਆਪਣੇ ਬੱਚਿਆਂ ਨੂੰ ਰੋਟੀ ਖਵਾਓ, ਤੁਸੀਂ ਆਪਣੇ ਬੱਚਿਆਂ ਨੂੰ ਕੇਅਰ ਨਹੀਂ ਕਰ ਰਹੇ, ਤੁਸੀਂ ਧਿਆਨ ਨਹੀਂ ਦੇ ਰਹੇ ਆਪਣੇ ਬੱਚਿਆਂ ਵੱਲ। ਕਰਦੀ ਕੇਅਰ ਕਿਉਂ ਨਹੀਂ ਕਰਦੀ? ਮੈਂ ਬੱਚਿਆਂ ਨੂੰ ਰੋਟੀ ਵੀ ਸਿਖਾ ਪਕਾ ਕੇ ਦਿੰਦੀ, ਉੱਥੇ ਕੱਪੜਾ ਲੀੜਾ ਨਹੀਂ ਜੀ ਧੋਂਦੀ। ਤੂੰ ਜਾਂਦੇ ਤੁਸੀਂ ਉੱਥੇ ਰਹੋ, ਜੋ ਮਰਜ਼ੀ ਹੋਵੇ ਕੁਝ ਵੀ ਹੋਵੇ ਤੁਹਾਨੂੰ ਉਸ ਘਰ ਵਿੱਚ ਰਹਿਣਾ ਚਾਹੀਦਾ ਹੈ। ਉਹ ਮਰਦੇ ਵੀ ਤੁਸੀਂ ਤਾਂ ਬੱਚਿਆਂ ਨੂੰ ਲੜ ਰਹੇ ਹੋ, ਆ ਖੰਡ ਪਿੱਛੇ ਆਟੇ ਪਿੱਛੇ ਦੁੱਧ ਪਿੱਛੇ, ਇਹ ਕੋਈ ਗੱਲਾਂ ਹੋਦੀਆਂ ਨੇ ਕਰਨੇ ਵਾਲੀ? ਸ਼ਰਾਬ ਪੀ ਕੇ ਜਦੋਂ ਕੁੱਟਦਾ ਹੀ ਜਨਾਨੀ ਕਿੰਨੀ ਕੁ ਕੁੱਟ ਖਾ ਲੂਗੀ? ਜਦੋਂ ਤੁਸੀਂ ਦੇਖੋ ਸ਼ਰਾਬ ਪੀ ਕੇ ਕੁੱਟਦਾ ਫਿਰ ਤੁਸੀਂ ਪੁਲਿਸ ਨੂੰ ਕਾਲ ਕਰ ਦਿਓ। ਸਤਨਾਮ ਜੀ ਤੁਸੀਂ ਉਹਦੇ ਪਿੰਡ ਦੀ ਪੰਚਾਇਤ ਹੈਗੀ ਆ? ਸਤਨਾਮ ਜੀ ਤੁਸੀਂ ਕੁੱਟਿਆ ਕਦੇ ਆਪਣੀ ਵਾਈਫ ਨੂੰ? ਇਹਨੇ ਮੈਨੂੰ ਕੁੱਟਿਆ ਸੀਗਾ, ਪੰਚਾਇਤ ਖੁਦ ਛਿੜਾ ਕੇ ਗਈ ਸੀਗੀ ਜਦ ਇਹਨੇ ਮੈਨੂੰ ਕੁੱਟਿਆ ਸੀ। ਕਿੰਨੇ ਵਾਰੀ ਕੁੱਟਿਆ ਤੁਹਾਨੂੰ? ਵੇ ਬਿਜਿਓ ਛੁੱਟੀ, ਜਦੋਂ ਛੁੱਟੀ ਹੁੰਦਾ ਹਰ ਛੁੱਟੀ ਘੋੜਦਾ ਹੀ ਹੁੰਦਾ ਛਿੜਾ ਪੀ ਕੇ, ਹੋਰ ਵੀ ਦੋ ਤਿੰਨ ਵਾਰੀ ਤਾਂ ਹੋਰ ਮੈਨੂੰ ਕੁੱਟ ਚੁੱਕਿਆ ਸੀਗਾ। ਸਤਨਾਮ ਜੀ ਤੁਸੀਂ ਕੁੱਟਿਆ ਵਾਈਫ ਨੂੰ ਆਪਣੀ ਨੂੰ? ਦੋਨੇ ਜਾਣੇ ਏਦਾਂ ਏਦਾਂ ਇੱਕ ਦੂਜੇ ਨਾਲ ਲੜ ਰਹੇ ਹੋ ਜਿਵੇਂ ਤੁਹਾਡੀ ਹਾਲੇ ਉਮਰ ਮਤਲਬ 20-22 ਸਾਲਾਂ ਦੀ ਹੈ। ਕੋਈ ਗੱਲ ਨੀ, ਜੇ ਡਿਵੋਰਸ ਹੋ ਜਾਊਗਾ ਦੁਬਾਰੇ ਵਿਆਹ ਕਰਾ ਲਾਂਗੇ। ਤੁਸੀਂ ਤਾਂ ਆਏ ਗੱਲਾਂ ਕਰ ਰਹੇ ਹੋ, ਇਹ ਮੈਨੂੰ ਕਹਿੰਦਾ ਜਦੋਂ ਕਦੋਂ ਇਹ ਕਹਿੰਦਾ ਤੂੰ ਤਲਾਕ ਦੇ ਦੇ, ਫਿਰ 45 ਦਿਨਾਂ ਚ ਤਲਾਕ ਹੋ ਜਾਂਦਾ, ਤੂੰ ਤਲਾਕ ਦੇ ਦੇ। ਮੈਂ ਕਿਹਾ ਫਿਰ ਤੂੰ ਲਾ ਦੇ ਕੇਸ, ਇਹ ਲਾ ਦੇਵੇ ਕੇਸ, ਫਿਰ ਜਿਹਨੇ ਤਲਾਕ ਦੇਣਾ ਤਾਂ ਮੈਂ ਨਹੀਂ ਦਿੰਦੀ ਤਲਾਕ। ਮੈਂ ਦੱਸਦਾ ਮੂਹਰੇ 45 ਦਿਨਾਂ ਚ ਤਲਾਕ ਹੋ ਜਾਂਦਾ ਇਹਨੂੰ। ਮੈਂ ਕਿਹਾ ਤਲਾਕ ਲੈ ਲਵੇ, ਮੈਂ ਕਿ ਤੂੰ ਕਿਉਂ ਤਲਾਕ ਲਵਾਂ? ਮੈਂ ਨਿਆਣਿਆਂ ਨੂੰ ਜਨਮ ਦਿੱਤਾ, ਮੈਂ ਤਲਾਕ ਲੈਣ ਲਈ ਦਿੱਤਾ ਸੀ? ਨਹੀਂ ਨਿਆਣਿਆਂ ਨੂੰ ਜਨਮ ਤਾਂ ਦਿੱਤਾ ਹੈ, ਅਸੀਂ ਮੰਨਦੇ ਹਾਂ, ਲੋਕ ਮੰਨਦੇ, ਦੁਨੀਆ ਮੰਨਦੀ ਹੈ, ਪਰ ਨਿਆਣਿਆਂ ਨੂੰ ਸੰਭਾਲਣ ਲਈ ਮਾਂ ਕਿੱਥੇ ਆ? ਸੰਭਾਲਦੀ ਸੀ ਸਰ, ਮੈਂ ਤਾਂ ਹੁਣ ਵੀ ਜਾਂਦੀ ਹਾਂ। ਇਹ ਮੈਨੂੰ ਦਵੇ ਨਾ ਘਰ ਚ ਰਹਿਣ ਨੂੰ, ਘਰ ਤਾਂ ਇਹਨੇ ਢਾ ਦਿੱਤੇ ਸਾਰੇ, 6 ਲੱਖ ਦਾ ਇਹਨੇ ਘਰ ਵੇਚ ਦਿੱਤਾ, ਪੱਥਰ ਇੰਨਾ ਸੋਹਣਾ ਪਿਆ ਸੀ, ਲੈਂਟਰ ਪਿਆ ਸੀ 6 ਲੱਖ ਦਾ, ਉਹ ਵੇਚਤਾ, ਜਿਹੜੇ 2 ਕਮਰੇ ਪਾਏ ਸੀ ਉਹ ਵੀ ਢਾ ਤੇ, ਆਪ ਤੇ ਪਸ਼ੂ ਵਾਲੀ ਸ਼ੈੱਡ ਚ ਰਹਿਣ ਡਿਆ ਵਾ। ਹੈਲੋ ਓਕੇ, ਇੱਕ ਗੱਲ ਦਾ ਜਵਾਬ ਦਿਓ ਤੁਸੀਂ, ਦੋਨੇ ਜਾਣੇ ਗੱਲ ਦਾ ਜਵਾਬ ਦਿਓ ਵੀ ਹੁਣ ਤੁਸੀਂ ਅੱਗੇ ਬਾਰੇ ਸੋਚਿਆ ਕੀ ਹੈ? ਮੈਂ ਨੈਕਸਟ ਕੀ ਕਰਨਾ ਹੈ? ਤੁਸੀਂ ਆਪਣੇ ਪੇਕੇ ਘਰ ਹੀ ਰਹੋਗੇ ਤੇ ਇਹ ਦੋਨੇ ਬੱਚੇ ਨੂੰ ਸੰਭਾਲ ਲੈਣਗੇ? ਨਹੀਂ ਨਹੀਂ, ਇਹਨੇ ਲੈ ਕੇ ਜਾਣਾ, ਮੈਂ ਤਾਂ ਪੇਕੇ ਘਰ ਹੀ ਰਹੂੰਗੀ, ਮੈਂ ਕਿਹੜਾ ਇਥੋਂ ਨਿਕਲੀ ਹੋਈ ਆ, ਕੱਢੀ ਹੋਈ ਆ, ਮੈਂ ਪੇਕੇ ਘਰ ਰਹੂੰਗੀ। ਹੈਲੋ ਸਰ, ਜਦ ਇਹ ਖਰਚਾ ਨਹੀਂ ਦਿੰਦਾ ਫਿਰ ਮੈਂ ਉੱਥੇ ਜਾ ਕੇ ਰੋਟੀ ਕਿੱਥੋਂ ਖਾਣੀ ਆ? ਮੈਂ ਖਰਚਾ ਕਿੱਥੋਂ ਕਰਨਾ ਵਾ? ਜਦ ਇਹ ਕਹਿਣ ਡਿਆ ਆਪਦੀ ਰੋਟੀ ਵੱਖਰੀ ਪਕਾ ਵੀ ਮੈਂ ਇੱਕ ਕਮਰਾ ਇਹਨੂੰ ਪਾ ਦੂੰਗਾ, ਕੀ ਗੱਲ? ਮੈਂ ਉੱਥੇ ਹੁਣ ਜਿਹੜਾ ਉਹਦੇ ਮਨ ਦੇ ਵਿੱਚ ਸ਼ੱਕ ਹੈਗਾ ਆ, ਮਾਈ ਡੋਂਟ ਨੋ, ਬਸ ਗੁੱਸਾ ਨਾ ਕਰਿਓ, ਜਿਹੜਾ ਉਹ ਕਿਸੇ ਹੋਰ ਪਰਸਨ ਦਾ ਨਾਮ ਲੈ ਰਹੇ ਨੇ ਵੀ ਉਹਨਾਂ ਨਾਲ ਕੋਈ ਮਤਲਬ ਥੋੜੀ ਗੱਲਬਾਤ ਹੈਗੀ ਆ, ਤਾਂ ਜਦ ਉਹ ਚੀਜ਼ ਨੂੰ ਤੁਸੀਂ ਕਲੈਰੀਫਾਈ ਕਰ ਦੋ, ਉਹ ਚੀਜ਼ ਨੂੰ ਕਲੀਅਰ ਕਰ ਦੋ, ਤੈਨੂੰ ਭਾਈ ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਤੂੰ ਸ਼ੱਕ ਨਾ ਕਰ,
अगली कॉल प्लीज नेक्स्ट कॉल नंबर वन कॉलर हां जी भाई सत श्री अकाल जी अच्छा मैं गल सुन रहा सी कि जेड़ा तुसी गल करदे हो ना भी ट्रैक्टर ते बंदा बैठा आपी कीवें डिग पिट डेथ हो ये हो जांदी है जी जेड़ा रेता मिट्टी ढोंदे आ ये बहुत हैवी हुंदा बहुत ओवरवेट लोड करदे आ मेरी भूआ दा खास मुंडा ही इस जदों मूहरे पुल आउंदे आ जेड़े पुल हुंदे सी पुराने बहुत चढ़ाई हुंदी सी जी उत्थे टेढ़ा होके विच ही फस गया सी बेचारा उह ये इस तरह एक्सीडेंट हुंदे आ कोई भी मां बाप कोई भी नहीं चाहता जी तुसी फोटो नहीं खिंचिया तुसी फलाना नहीं खिंचा जी वो फोटो खिंचन दे टाइम होंदे आ वो एक कार दा फोटो खिंचिए हुण दवा दवा ये सब गलत गल्लां ने बाकी जे जनानी ये रहना चाहती है आपके बंदे नाल रहे ते नहीं आपां कदों फोर्स करते बाद च जदों आत्महत्या कर लैंदे मुड़ के लोकां कढ के ओ यार अड्ड हो जाती मर कदों गई सी अड्ड ही हो जाती उदों आए आपां करदे रहिंदे सारी जनता ही इस कम च बिजी हुई है जी चक्कर की एक बच्चे दी मौत दा होना इस औरत दा घरों चल जाना तीन बच्चे ने जन्म दिता है और बच्चे ने एलीगेशन लाया किसी मां नूं वेख नहीं सकते इन्हां हालातां विच किसी होर विज्ञान आदमी नाल उन्हें अपने फाद नूं दस्सिया कि यह सच है सब कुछ मनदीप कौर ते बलवीर सिंह दे आपस विच कोई ऐसा रिश्ता सीगा जिहड़ा कि असीं दसन योग नहीं है मैं दरअसल कनेडा रह रहा जी पर मैं सुनिया है मैं झूठ ना बोलदा ना सच मतलब मनदीप ते बलबीर दा आपस विच रिश्ता आया कोई मैं स्पष्ट नहीं कह सकदा मैं भी सुनिया सुनाईया गल्लां दस रहा ऑलराइट अगली कॉल पीस नंबर 4 कॉल जसवीर जसिंदर रहिंदे हो हाँ जी बसी जी ए सीधा मनदीप कौर गलत है इतने ये झूठ बोल रहे हैं न्याणे छड़न कितने सौखे होंगे तुम मैं पे मेरे को मेरे भी तेरे मुंडे तेना उन्ना प्यार करता मैं नहीं छड़ सकता किसी भी नहीं छड़ सकता ये तो मां होके छड़ के गई है तुम की कहना चाहते हो इस कपल नू मैं तो कहना चाहता मनदीप कौर अजे भी अपनी गलती मान लैनी चाहिए संबंध तोड़ लो अपने घर आके रहे अपने न्याण देखभाल करे बस न्याणे कल कशे नशे ता ही लगे हो तो उन्होंने कुछ देखा होगा ता नशे से लगे हो नशे लगे सीधे पैसे पाँगा मुंडे नशे लगा सी मुंडा ओदा नहीं सी लगा लख लख रुपया मुंडा नशे से ता लगा थानू गलत देखा मेरे जेठ जठानी इथे सी देखो जी मैं हूं ये कह रहा सारिया गल भुल भल के
यारी छो अपने हसबेंड ना आके सर मेरी कोई यारी नहीं गई तुम यारी मेरी कोई यारी नहीं मैं तो फिर भी चाहना चाहनी हाँ पेंड पर यह कहता खर्चा आपका वखरा कर मैं खर्चा कितों करना मेरा कि ट्रक चलते मेरिया गड्डिया चलते खर्चा नहीं दिता मैं अगे भी बहरों भी जब तिनी तिनी महीने खर्चा पाना हूं 10,000 रुपया पाना वो कुछ आपके कपड़े कहना लै दे कुछ न्याणे मेरी गल सुनो तुम खर्चे की गल इन यह पुछो भी आपकी 17-18 साल हो गया आपकी जनानी कपड़े किन्नी वारी लैके दिते आ दवाई दारू किन्नी वारी लैके दी एक बार मेरी हम ध्यान गल सुनो सर मेरे एक बार ना जो साडे पिंडों जनानी मुक गई मेरा मुंडा भी उस दिन दाग दिता भी मेरे मुंडे ने मेरे दिल से दर्द पैन लग पिया ये खुद मेरे नाल गया सी जिदा हॉस्पिटल मैनू लैके रात नूं 1:30 बजे गए सी ते मेरा मासी का पोता भी लैके गया सी पेंड तलवंडी सलेम तल उसे माधो तलवंडी का डॉक्टर से वो को गए थे टीका लवा के लिया 150 रुपया दवाई का लगा वो भी इन्हें आने के मेरे तो दवाई का ले लिया 150 कहता दवाई का 150 लगा वो दे जेड़ा मुंडा घर वाले ने पहले एक गल एक मैंने होर गल दसो कहने थोड़ी मां ने भी दखल करता ठीक है अपनी जनानी दे दवाई लैके देण दा इन्हें 150 रुपया भी वापस ले लिया मासी का मुंडा गड्डी लैके गया कहना 400 रुपया तेल का दे 300 तेल का मेरे तो दवाया ने जे बाली गल है तो मैं मासी के मुंडे मूंह ते करा लूं जवाब नहीं दे रहे मैं तुहानूं पूछ रहा मेरे डैडी ने चक थल के पैली उदो गहने कराती नहीं 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 तुसी मेरी गल दा जवाब सही नहीं दे रहे हो मैं थानू पूछ रहा भई ओदे नाम कोई जमीन जायदाद सीगी कि नहीं सी मम्मी दे नाम है नहीं सी फिर ओ थानू बेदखल कीता करता उहने मम्मी ने नहीं सी बेदखल कीता मम्मी ने डैडी ने कह सुन के हुणे पहला बेदखल कराया सी सुन लो दोबारा सुन लंदे तुसी पहला कह के हटे सुर चमक रहा कैनेडा झूठ का पलंदा जो सामने मदर ने मदर ने थानू बेदखल करने का कारण कोई जमीन जमून नहीं है कारण ओही आ जेड़ा तू समझ रहे हो चुप करके उठे अपने न्याणे को जाओ उन्होंने रहो अपने बच्चे की खातर बहुत कुछ जो हंडा सकते अपने पिंड अपने हसबेंड द गाली गलोच वाली गल कुछ भी है थोड़ा समा कट लो हौली हौली अपने आप सेटलमेंट हो जाऊगी जे मैनू मार दूंगा इत्थे जिम्मेवार कौन है मैं जिम्मेवार हां सीधा जे मैनू उथे मार आई विल रिस्पांसिबल फॉर दैट जिम्मेवारी तुसी चक लो मैं चल जन्नी आ मैं चुकदा मार दित्ता उहने मैं तुसी कोरा कागज भेजो मैं साइन करके भेज दां कि रिस्पांसिबिलिटी विल बी टेकन हां जी पीपी चको चको जिम्मेवारी मैं जाननी है मैं चलो कल तुसी अपना सामान पैक करो थानू असी उथे चक लेके आउंदे आ थानू इत्थे घर रप दे असी भेजदे आ ठीक है चलो आओ मैं जानी है बिच कागज ते साइन करके दो है ना मुड़ के केड़ा जिम्मेवारी चकदा जिम्मेवारी पेंड नहीं कोई चकदा हैगा ਤੁਸੀਂ ਜਦ ਇੱਕ ਮਿੰਟ ਹੈ ਜਦੋਂ ਤੁਸੀਂ ਜਦ ਤੁਸੀਂ ਲਾਵਾ ਲਈਆਂ ਸੀ ਜਾਂ ਉਹ ਤੁਸੀਂ ਜ਼ਿੰਮੇਵਾਰੀ ਆਲਰੇਡੀ ਤੁਹਾਡੀ ਲੈ ਲਈ ਸੀ ਕਿ ਤੁਸੀਂ ਆਪਣੇ ਆਪ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੁਹਾਡੇ ਤੇ ਲਾਵਾ ਤੁਸੀਂ ਲਈਆਂ ਬੱਚਿਆਂ ਨੂੰ ਜਨਮ ਦਿੱਤਾ ਹੋਰ ਤੁਹਾਨੂੰ ਕੀ ਰਿਸਪਾਂਸਿਬਿਲਟੀ ਚਾਹੀਦੀ ਹੈ ਸਰ ਜੇ ਮੈਨੂੰ ਉੱਥੇ ਮਾਰ ਦਿੱਤਾ ਇਹਨੇ
डर क्यों मारन का बिकॉज यू हैव रिलेशन विद द गाय मदर इन्हों का बदखल करना यह सोचने वाली गल है कि मां धी नूं बदखल क्यों किया है दूजी धी दूजे बच्चे नाल है इन्हूं क्यों बदखल किया कारण की है तो नानी कहती है कि बच्चे दोते का मर्ड होने बाद हर हालत में पोस्टमार्टम करो तो मनदीप कौर कहती नहीं करना यह हुण सोचने वाली गल है तो बलवीर जिहड़ा पिंड का है वह कित्थे आ असीं स्टोरी नूं होल्ड कर रहे हैं हेलो